ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਸ਼ਾਹਕੋਟ ਮਲਸੀਆਂ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਮੋਬਾਈਲ ਦੇ ਸ਼ੋਰੂਮ ਦੇ ਵਿੱਚ ਦੇਰ ਰਾਤ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਚੋਰੀ ਦੀ ਘਟਨਾ ਨੂੰ ਜਿਸਨੇ ਆਪਣੀ ਅੱਖੀ ਵੇਖਿਆ ਉਸਨੇ ਬਾਰ ਬਾਰ ਪੁਲਿਸ ਨੂੰ ਫੋਨ ਵੀ ਕੀਤਾ ਕਿ ਦੁਕਾਨ ਦੇ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪਰ ਪੁਲਿਸ ਨੇ ਇਹ ਕਹਿ ਕੇ ਫੋਨ ਰੱਖ ਦਿੱਤਾ ਕਿ ਸਵੇਰੇ ਜਾ ਕੇ ਉਹ ਤਫਤੀਸ਼ ਕਰ ਲੈਣਗੇ, ਇਸ ਵੇਲੇ ਉਹਨਾਂ ਨੂੰ ਤੰਗ ਨਾ ਕੀਤਾ ਜਾਵੇ। ਦੁਕਾਨਦਾਰ ਸੋਨੀ ਵੱਲੋਂ ਦੱਸਿਆ ਗਿਆ ਕਿ ਉਸਦੇ ਤਕਰੀਬਨ 3 ਲੱਖ ਦੇ ਮੋਬਾਈਲ ਦੁਕਾਨ ਦੇ ਵਿੱਚੋਂ ਚੋਰੀ ਕੀਤੇ ਗਏ ਨੇ। ਮੇਰਾ ਨਾਮ ਰਵਿੰਦਰ ਸਿੰਘ ਹੈ ਜੀ। ਮੇਰੀ ਦੁਕਾਨ ਤੋਂ 2.5 ਤੋਂ 3 ਲੱਖ ਦੇ ਵਿੱਚ ਮਾਲ ਲੈ ਕੇ ਗਏ ਆ, ਨਗਦੀ ਕੈਸ਼ ਲੈ ਕੇ ਗਏ ਆ। ਮੈਨੂੰ ਭਾਅ ਜੀ ਹੁਣਾਂ ਦਾ ਫੋਨ ਆਇਆ ਸੀ, ਇੱਥੋਂ ਮੁੰਡਾ ਵਾ ਸਾਡਾ ਡਿਸਟ੍ਰੀਬਿਊਟਰ, ਉਹਨੇ ਮੈਨੂੰ ਕਾਲ ਕੀਤੀ ਸੀ ਕਿ ਤੁਹਾਡੀ ਦੁਕਾਨ 'ਤੇ ਚੋਰੀ ਹੁੰਦੀ ਪਈ ਆ। ਮੈਂ ਉਸੇ ਟਾਈਮ ਗੱਡੀ ਚੱਕੀ, ਮੈਂ ਪੁਲਿਸ ਵਾਲਿਆਂ ਤੋਂ ਪਹਿਲਾਂ ਇੱਥੇ ਪਹੁੰਚ ਗਿਆ ਅਤੇ ਆਣ ਕੇ ਦੇਖਿਆ ਕਿ ਮੇਰੀ ਦੁਕਾਨ ਦਾ ਸ਼ਟਰ ਅੱਧਾ ਚੱਕਿਆ ਹੋਇਆ ਸੀਗਾ ਅਤੇ ਸਮਾਨ ਦੁਕਾਨ ਦੇ ਵਿੱਚੋਂ ਗੈਪ ਸੀਗਾ। ਆਈ ਨਹੀਂ ਜੀ, ਅਸੀਂ ਉਹਨਾਂ ਨੂੰ ਉਠਾਲ ਕੇ ਜਾ ਕੇ ਸੁੱਤੇ ਪਏ ਸੀਗੇ, ਅਸੀਂ ਉਹਨਾਂ ਨੂੰ ਉਠਾਲ ਕੇ ਜਾ ਕੇ ਲੈ ਕੇ ਆਏ ਜੀ ਆਪ ਖੁਦ। ਹਾਂਜੀ, ਅਸੀਂ ਸ਼ਾਹਕੋਟ SHO ਨਾਲ ਗੱਲ ਕੀਤੀ ਹੈ ਜੀ। ਉਹ ਕਹਿੰਦੇ ਜੀ ਮੌਕੇ 'ਤੇ ਕਰਦੇ ਪਏ ਹਾਂ ਜੀ। ਅਸੀਂ ਉਹਨਾਂ ਨੂੰ ਆਪਦੀਆਂ ਵੀਡੀਓ ਰਿਕਾਰਡਿੰਗ ਦਿੱਤੀਆਂ ਜੀ, ਕੱਟ ਕੇ ਸਭ ਕੁਛ ਉਹਨਾਂ ਨੂੰ ਦੇਤਾ ਜੀ, ਆਪਦੇ ਡਾਕੂਮੈਂਟ ਦੇਤੇ, IMEI ਨੰਬਰ ਫੋਨਾਂ ਦੇ ਦੇਤੇ ਜੀ, ਸਾਰਾ ਕੁਛ ਰਿਕਾਰਡ ਦਿੱਤਾ ਜੀ ਉਹਨੂੰ। ਹਾਂਜੀ, ਉਹ ਅਸੀਂ ਰਿਕਾਰਡਿੰਗ ਉਹਨਾਂ ਨੂੰ SHO ਸਾਹਿਬ ਨੂੰ ਦੇਤੀ ਜੀ। ਉਹ ਕਹਿੰਦੇ ਜੀ ਅਸੀਂ ਕਾਰਵਾਈ ਕਰਦੇ ਪਏ ਹਾਂ ਜੀ। ਬਹਿਰਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਇਹੀ ਗੱਲ ਕਹੀ ਹੈ ਕਿ ਬਹੁਤ ਜਲਦ ਇਹ ਚੋਰ ਗ੍ਰਿਫਤ ਦੇ ਵਿੱਚ ਹੋਣਗੇ। ਤੁਹਾਡੇ ਮਲਸੀਆਂ ਚੌਂਕੀ ਦੇ ਵਿੱਚ ਅੰਦਰ ਆਉਂਦੇ ਜਿਹੜੇ ਚੌਂਕ ਦੇ ਵਿੱਚ ਚੋਰੀ ਹੋਈ ਆ, ਉਹਦੇ ਬਾਰੇ ਕੀ ਕਹਿਣਾ, ਕੀ ਕੀਤਾ ਜਾ ਰਿਹਾ? ਉਹ ਮੁਕੱਦਮਾ ਦਰਜ ਕਰਤਾ ਸੀ ਅਤੇ ਇਨਵੈਸਟੀਗੇਸ਼ਨ ਵੀ ਚੱਲ ਰਹੀ ਹੈ, ਜਲਦੀ ਤੋਂ ਜਲਦੀ ਅਸੀਂ ਇਹ ਚੋਰ ਫੜ ਲਾਂਗੇ। ਦੁਕਾਨਦਾਰਾਂ ਦਾ ਦੋਸ਼ ਆ ਵੀ ASI ਸਾਹਿਬ ਨੇ ਉਹਨਾਂ ਦੀ ਪੈਰਵਾਈ ਨਹੀਂ ਕੀਤੀ। ਅਗਰ ਪੈਰਵਾਈ ਕੀਤੀ ਹੁੰਦੀ ਉਸੇ ਟਾਈਮ 'ਤੇ ਚੋਰਾਂ ਨੂੰ ਜਿਹੜਾ ਵਾ ਅਰੈਸਟ ਕੀਤਾ ਜਾ ਸਕਦਾ ਸੀ ਸਮਾਂ ਰਹਿੰਦਿਆਂ, ਉਹਦੇ ਬਾਰੇ ਕੀ ਕਹਿਣਾ? ਉਹ ਕਰ ਲੈਂਦੇ ਹਾਂ ਅਸੀਂ ਇਨਕੁਆਇਰੀ ਵੀ। ਪੂਰੇ 1 ਘੰਟੇ ਬਾਅਦ ਪੁਲਿਸ ਪਹੁੰਚੀ। ਪਾਰਟੀ ਦੇ ਪਹੁੰਚਣ ਤੋਂ ਬਾਅਦ ASI ਸਾਹਿਬ ਨੂੰ ਬਕਾਇਦਾ ਚੌਂਕੀ ਤੋਂ ਉਹ ਲੈ ਕੇ ਆਏ, ਜਦਕਿ ਉਹ ਫੋਨ ਪਹਿਲਾਂ ਦਾ ਕਰ ਰਿਹਾ ਜਿਹੜਾ ਗੁਆਢੀ ਦੁਕਾਨਦਾਰ ਆ, ਉਹਨਾਂ ਨੂੰ ਇਨਫੋਰਮ ਕਰ ਰਿਹਾ, ਉਹਨਾਂ ਨੇ ਬਕਾਇਦਾ ਰਿਕਾਰਡਿੰਗਾਂ ਸਾਨੂੰ ਵੀ ਮੁਹੱਈਆ ਕਰਾਈਆਂ, ਤੁਹਾਨੂੰ ਵੀ ਕਰਾਈਆਂ ਹੋਣਗੀਆਂ। ਪਰ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਹਰਵਿੰਦਰ ਸਿੰਘ, ਜਿਸਨੇ ਦੇਰ ਰਾਤ ਪੁਲਿਸ ਨੂੰ ਬਾਰ ਬਾਰ ਫੋਨ ਕੀਤਾ, ਉਸਨੇ ਕੀ ਕਿਹਾ ਤੁਸੀਂ ਆਪ ਸੁਣੋ। ਭਾਈ ਮੇਰਾ ਨਾਮ ਹੈ ਹੈਰੀ, ਠੀਕ ਹੈ ਜੀ। ਮੈਂ ਇੱਥੇ ਰਹਿੰਦਾ ਵਾਂ ਰਾਤ ਨੂੰ ਦੁਕਾਨ 'ਤੇ ਪਰਸੋਨਾ, ਠੀਕ ਹੈ ਜੀ। ਅਤੇ ਰਾਤ ਤਕਰੀਬਨ 1:40 ਮੈਨੂੰ ਖੜਕਾ ਆਇਆ ਵਾ, ਅਤੇ ਜਦੋਂ ਮੈਂ ਉੱਠਿਆ ਅਤੇ ਮੈਂ ਦੌੜਿਆ ਉੱਪਰ ਨੂੰ, ਦੌੜ ਕੇ ਗਿਆ, ਦੇਖਿਆ ਕਿ ਸਾਹਮਣੇ ਦੁਕਾਨ 'ਤੇ ਚੋਰੀ ਹੋਈ ਆ, ਅਤੇ ਮੈਨੂੰ ਡਰ ਸੀ ਕਿ ਮੇਰੀ ਦੁਕਾਨ 'ਤੇ ਚੋਰੀ ਨਾ ਹੋਈ ਹੋਵੇ, ਕਿਉਂਕਿ ਮੇਰੀ ਤੇਰੀ ਦੁਕਾਨ ਬਿਲਕੁਲ ਨਾਲ ਹੀ ਆ। ਅਤੇ ਦੇਖਿਆ ਕਿ ਦੁਕਾਨ ਚੋਰੀ ਹੋ ਰਹੀ ਆ, ਚੋਰ ਬੜੇ ਮਰੇ ਨਾਲ ਚੋਰੀ ਕਰ ਰਹੇ ਆ। ਉਸੇ ਮੌਕੇ 'ਤੇ ਮੈਂ ਫੋਨ ਕੀਤਾ ASI ਨੂੰ,
ਕਿਉਂਕਿ ਇੰਚਾਰਜ ਨੂੰ ਫੋਨ ਕੀਤਾ ਅਤੇ ਸੰਜੀਵ ਸਰ ਠੀਕ ਆ ਉਹਨੂੰ ਮੈਂ ਤਿੰਨ ਵਾਰੀ ਫੋਨ ਲਾਇਆ ਅਤੇ ਮੇਰੇ ਕੋਲ ਉਹਦੀ ਰਿਕੋਰਡਿੰਗ ਹੈਗੀ ਆ ਤਿੰਨ ਵਾਰੀ ਉਹਨੇ ਮੇਰਾ ਫੋਨ ਕੱਟਤਾ ਜੋ ਚੌਥੀ ਵਾਰ ਫੋਨ ਕੀਤਾ ਅਤੇ ਮੈਨੂੰ ਕਹਿੰਦਾ ਕਿ ਤੂੰ ਬੰਦੇ ਪਛਾਣ ਲਏ ਜਿਵੇਂ ਕੋਲ ਕੀਤੀ ਸਰ ਚੋਰੀ ਹੋ ਰਹੀ ਸੋਣੀ ਜੇ ਛੇਤੀ ਜੂਸ ਪੀਂਦੇ ਹਾਂ ਅਤੇ ਉਹ ਦੁਕਾਨ 'ਤੇ ਤੁਸੀਂ ਮੌਕੇ 'ਤੇ ਪਹੁੰਚੋ ਉਹਨੂੰ ਦੱਸੋ ਕਿ ਚੋਰੀ ਹੋ ਰਹੀ ਆ ਅਤੇ ਬੰਦੇ ਫੜੇ ਆਉਣੇ ਹੁਣ ਮੌਕੇ 'ਤੇ ਬੰਦੇ ਫੜੇ ਆਉਣੇ ਐਜ਼ ਏ ਬੰਦੇ ਚੋਰੀ ਬੜੇ ਆਰਾਮ ਨਾਲ ਕਰ ਰਹੇ ਆ ਅਤੇ ਉਹਨੇ ਮੇਰੇ ਕਹਿਣ ਤੋਂ ਬਾਅਦ ਕਹਿੰਦਾ ਕੋਈ ਨਾ ਮੇਰੇ ਕੋਈ ਨੇ ਕਿਹਾ ਕਿ ਕੋਈ ਨਾ ਕੋਈ ਗੱਲ ਨਹੀਂ ਇੱਦਾਂ ਕਹਿੰਦੇ ਹਾਂ ਕਹਿੰਦਾ ਕੋਈ ਨਾ ਜੀ ਅਤੇ ਮੁੜ ਕੇ ਮੈਂ ਚੋਰੀ ਹੁੰਦੇ ਮੈਂ ਕਰੇ ਮੈਂ ਕਰ ਮੈਂ ਸੋਚਾਂਗੀ ਹੁਣ ਕਰਾਂਗੀ ਕਿਉਂਕਿ ਮੇਰੇ ਕੋਲ ਨੰਬਰ ਨਹੀਂ ਸੀ ਦੁਕਾਨਦਾਰ ਦਾ ਅਤੇ ਮੈਂ ਉਸ ਤੋਂ ਮੈਂ ਆਪਣੇ ਭਰਾ ਨੂੰ ਛੋਟੇ ਨੂੰ ਕੀਤਾ ਕਿ ਮੈਂ ਕਿਹਾ ਭਰਾ ਨੂੰ ਫੋਨ ਕੀਤਾ ਵਾ ਅਤੇ ਭਰਾ ਨੂੰ ਮੈਂ ਇਹ ਕਿਹਾ ਕਿ ਸੋਹਣੀ ਨੂੰ ਫੋਨ ਕਰੋ ਕਿ ਉਹਦੇ ਕਿ ਆਪਣੀ ਦੁਕਾਨ ਸਮਾਨ ਲਿਆ ਗਏ ਹੁਣੇ ਚੋਰੀ ਲੱਗੇ ਹੋਏ ਚੋਰੀ ਕਰਨਾ ਅਤੇ ਮੇਰੇ ਭਰਾ ਨੇ ਮੁੜ ਕੇ ਦੋਸਤ ਨੂੰ ਆਦਿ ਫੋਨ ਕੀਤਾ ਉਹਨੇ ਇਹਨੂੰ ਕੀਤਾ ਫੋਨ ਸੋਹਣੀ ਨੂੰ ਅਤੇ ਇਹ ਮੌਕੇ 'ਤੇ ਪਹੁੰਚੇ ਆ ਗਏ ਮੁੜ ਕੇ ਇੱਕ ਘੰਟੇ ਬਾਅਦ ਆਇਆ ਵਾ ਅਤੇ ਤਦ ਤੱਕ ਚੋਰਾਂ ਨੇ ਇਹਦੀ ਦੁਕਾਨ 'ਤੇ ਚਾਰ ਵਾਰੀ ਸਮਾਨ ਚੱਕ ਚੁੱਕੇ ਸੀ ਮੈਂ ਆਪਦੀ ਅੱਖਾਂ ਦੇਖੀ ਗਿਆ ਭਾਅ ਜੀ ਪੁਲਿਸ 2:25 'ਤੇ ਆਈ ਆ ਹਾਂਜੀ 2:25 'ਤੇ ਆਈ ਆ ਜਦਕਿ ਇੱਥੋਂ ਰਸਤਾ 2 ਮਿੰਟ ਦਾ ਚੌਂਕੀ ਜੇ ਮੈਂ ਤੁਹਾਨੂੰ ਫੋਨ ਲੈ ਕੇ ਜਾ ਸਕਦਾ ਚੌਂਕੀ ਜਾਂਦਾ ਰਸਤਾ ਵਾ ਤੋਂ 2 ਤੋਂ 3 ਮਿੰਟ ਰਸਤਾ ਵਾ ਹੱਦ ਇਹ ਮੇਨ ਅੱਡੇ 'ਚ ਹੈ ਜੀ ਮਨਸੇ ਮੇਨ ਅੱਡੇ 'ਚ ਹੈ ਜੀ ਪੁਲਿਸ ਦੀ ਅਜਿਹੀ ਢਿੱਲੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕਣੇ ਬਣਦੇ ਹੀ ਨੇ ਕਿਉਂਕਿ ਜੇਕਰ ਕਿਸੇ ਨੇ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਸੀ ਤਾਂ ਪੁਲਿਸ ਦਾ ਫਰਜ਼ ਬਣਦਾ ਸੀ ਕਿ ਜਲਦ ਤੋਂ ਜਲਦ ਉਸ ਥਾਂ ਤੇ ਪਹੁੰਚਿਆ ਜਾਵੇ ਜਦਕਿ ਦੁਕਾਨ ਤੋਂ ਪੁਲਿਸ ਸਟੇਸ਼ਨ ਕੁਝ ਮੀਟਰ ਦੀ ਦੂਰੀ ਤੇ ਹੀ ਸਥਿਤ ਹੈ ਫਿਰ ਵੀ ਪੁਲਿਸ ਮੌਕੇ ਤੇ ਨਹੀਂ ਪੁੱਜੀ ਜਿਸ ਕਰਕੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਗੁਰਬਾਣੀ ਅਖੰਡ ਬਾਣੀ ਵਾਸਤੇ ਕਪੂਰਥਲਾ ਤੋਂ ਨਿਰਮਲ ਸਿੰਘ ਦੀ ਰਿਪੋਰਟ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।